ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦਾ ਸਾਰਿਆਂ ਨੇ ਵਧੀਆ ਹੋਣਗੇ। ਅੱਜ ਸੈਚਰਡੇ ਵਾਲਾ ਦਿਨ ਹੈ, ਯਾਨੀ ਕਿ ਸਾਡੀ ਆਰਗਨਾਈਜੇਸ਼ਨ ਦੀ ਅਸੀਂ ਗੱਲ ਕਰ ਲਈਏ ਤਾਂ ਅੱਜ ਰਿਵਿਊ ਵਾਲਾ ਦਿਨ ਹੈ ਅਤੇ ਅਸੀਂ ਰਿਵਿਊ ਕਰਨਾ ਹੁੰਦਾ ਹਰ ਸੈਚਰਡੇ ਨੂੰ ਕਿ ਪੂਰੇ ਵੀਕ ਦੇ ਵਿੱਚ ਕੀ ਹੋਇਆ, ਜਿਹੜੇ ਕੇਸਿਸ ਆਲਰੇਡੀ ਸਾਡੇ ਕੋਲ ਲੱਗੇ ਹੋਏ ਨੇ ਐਂਡ ਉਹਨਾਂ ਦਾ ਕੀ ਸਟੇਟਸ ਹੈ, ਕਿੱਥੋਂ ਤੱਕ ਪਹੁੰਚੇ ਨੇ, ਕਿੰਨਾ ਕੁ ਟਾਈਮ ਅੱਗੇ ਹੋਰ ਲੱਗਣਾ ਮੈਂ ਕਿਹੜੇ ਕੇਸਿਸ ਨੂੰ ਅੰਬੈਸੀ ਤੱਕ ਪਹੁੰਚਦੇ ਹਾਂ, ਤਾਂ ਜੋ ਸਟੂਡੈਂਟਸ ਦੇ ਜੋ ਡ੍ਰੀਮ ਨੇ, ਜਿਹੜੀਆਂ ਆਸਾਂ ਦੇ ਨਾਲ ਉਹਨੇ ਆਪਣੇ ਐਪਲੀਕੇਸ਼ਨ ਸਾਡੇ ਕੋਲ ਲਗਾਏ ਨੇ, ਉਹਨੂੰ ਰਿਜ਼ਲਟ ਕਦੋਂ ਤੱਕ ਐਕਸਪੈਕਟ ਕਰ ਸਕਦਾ ਹੈ। ਐਂਡ ਅੱਜ ਜਿਹੜਾ ਵੈ ਤਿੰਨ ਚਾਰ ਕਲਾਇੰਟਸ ਨੂੰ ਵੀ ਇੱਥੇ ਮਿਲਣ ਦਾ ਮੌਕਾ ਮਿਲਿਆ। ਐਂਡ ਕਲਾਇੰਟ ਜਿਹੜੇ ਇੱਥੇ ਚੰਡੀਗੜ੍ਹ ਦੇ ਵਿੱਚ ਆਏ ਸੀ ਆਲ ਦਾ ਵੇ ਫਰੋਮ ਅੰਮ੍ਰਿਤਸਰ, ਐਂਡ ਕਿਉਂਕਿ ਕਾਫੀ ਟਾਈਮ ਹੋ ਗਿਆ ਮੈਨੂੰ, ਉੱਧਰ ਵਾਲੇ ਬੰਨੇ ਵੀ ਗਏ, ਸਟੂਡੈਂਟਸ ਦੇ ਰੂਬਰੂ ਗਏ। ਸੋ ਨਾਓ ਮੈਂ ਜਿੱਦਾਂ ਕਿ ਆਪਣੇ ਲਾਸਟ ਫੇਸਬੁੱਕ ਸ਼ੋ ਦੇ ਉੱਤੇ ਦੱਸਿਆ ਸੀ ਕਿ ਆਉਣ ਵਾਲੇ ਹਫ਼ਤੇ ਦੇ ਵਿੱਚ ਰੋਹਿਤ ਇਸ ਕਮਿੰਗ ਟੂ ਦ ਪੰਜਾਬ, ਕਿਉਂਕਿ ਰੋਹਿਤ ਆ ਰਿਹਾ ਹੈ ਕਿਉਂਕਿ ਉੱਥੇ ਸਾਰੇ ਸਟੂਡੈਂਟਸ ਨੂੰ ਮਿਲਣ ਵਾਸਤੇ ਜਿਨ੍ਹਾਂ ਦੇ ਕੇਸਿਸ ਸਾਡੇ ਕੋਲ ਰਜਿਸਟਰਡ ਨੇ ਜਾਂ ਜਿਹੜੇ ਸਾਡੇ ਕੋਲ ਆਪਣੇ ਕੇਸਿਸ ਕਰਵਾਉਣੇ ਚਾਹੁੰਦੇ ਨੇ। ਹੁਣ ਮੰਡੇ ਵਾਲੀ ਇੱਕ ਇਨਫੋਰਮੇਸ਼ਨ ਅੱਜ ਸ਼ੇਅਰ ਕਰਨ ਵਾਸਤੇ ਤੁਹਾਡੇ ਸਾਰਿਆਂ ਨਾਲ ਰੂਬਰੂ ਹੋਇਆ ਕਿ ਮੰਡੇ ਵਾਲੇ ਦਿਨ ਮੈਂ ਆਪ ਵੀ ਜਲੰਧਰ ਆਫਿਸ ਦੇ ਵਿੱਚ ਅਵੇਲੇਬਲ ਹੋਊਂਗਾ। ਸੋ ਜਿਹੜੇ ਸਟੂਡੈਂਟ ਮੈਨੂੰ ਵੀ ਆ ਕੇ ਮਿਲਣਾ ਚਾਹੁੰਦੇ ਨੇ ਜਾਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀ ਕਿ ਵੀ ਮੇਰਾ ਅਗਲਾ ਫਰਦਰ ਸਕੈਜੂਅਲ ਨਹੀਂ ਆ ਰਿਹਾ ਹੈਗਾ, ਮੰਡੇ ਨੂੰ ਆ ਕਰਕੇ ਉਹ ਮੈਨੂੰ ਜਲੰਧਰ ਮਿਲ ਸਕਦੇ ਨੇ। ਸੋ ਮੰਡੇ ਆਲ ਬੀ ਅਵੇਲੇਬਲ ਅਲੋਂਗ ਵਿਦ ਰੋਹਿਤ ਐਟ ਜਲੰਧਰ ਆਫਿਸ। ਸੋ ਜਲੰਧਰ ਆਫਿਸ ਆ ਕਰਕੇ ਮੈਨੂੰ ਮਿਲਿਆ ਜਾ ਸਕਦਾ ਹੈ, ਹੋਰ ਕਿਸੇ ਵੀ ਸ਼ਹਿਰ ਦਾ ਅਗਲੇ ਵੀਕ ਦਾ ਮੇਰਾ ਕੋਈ ਵੀ ਉਹ ਨਹੀਂ ਹੋਏਗਾ, ਆਪਣਾ ਉਹ ਪ੍ਰੋਗਰਾਮ ਨਹੀਂ ਹੈ। ਸੋ ਜਿਹੜੇ ਵੀ ਅੰਮ੍ਰਿਤਸਰ ਤੋਂ ਮਿਲਣਾ ਚਾਹੁੰਦੇ ਨੇ, ਤਰਨ ਤਾਰਨ ਹੈ, ਪਠਾਨਕੋਟ ਹੈ ਜਾਂ ਮਾਝਾ ਮਾਲਵਾ, ਕਿਤੋਂ ਵੀ ਹੋਰ ਆਉਣਾ ਚਾਹੁੰਦੇ ਨੇ, ਉਹ ਆ ਕਰਕੇ ਮਿਲ ਸਕਦੇ ਹੈ, ਅਪੁਆਇੰਟਮੈਂਟ ਲੈ ਸਕਦੇ ਹੋ, ਅਪੁਆਇੰਟਮੈਂਟ ਦੀ ਵੈਸੇ ਜ਼ਰੂਰਤ ਵੀ ਨਹੀਂ ਹੈ। ਸੋ ਸਿੱਧਾ ਵੀ ਆ ਕੇ ਮਿਲ ਸਕਦੇ ਹੋ ਕਿਉਂਕਿ ਕਾਫੀ ਰਸ਼ ਹੋਏਗਾ, ਐਂਡ ਸਿੱਧਾ ਵੀ ਆ ਕਰਕੇ ਤੁਸੀਂ ਆਪਣਾ ਜਿਹੜਾ ਖੁੱਲ੍ਹਾ ਟਾਈਮ ਕੱਢ ਕੇ ਆਉਣਾ, ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਉਣਾ ਡਾਕੂਮੈਂਟ ਅਸੈਸਮੈਂਟ ਵਾਸਤੇ, ਸਪੈਸ਼ਲੀ ਜੇਕਰ ਆਸਟ੍ਰੇਲੀਆ ਜਾਂ ਕੈਨੇਡਾ ਦਾ ਆਪਣਾ ਕੇਸ ਕਰਾਉਣਾ ਚਾਹੁੰਦੇ ਹੋ, ਕਿਉਂਕਿ ਅੱਜ ਵੀ ਲੋਕਾਂ ਨੂੰ ਵਹਿਮ ਹੈ ਕਿ ਜੀ ਮੈਂ ਬਾਰ੍ਹਵੀਂ ਪਾਸ ਹਾਂ, ਸ਼ਾਇਦ ਮੈਂ ਆਪਣਾ ਸਪਾਊਸ ਦੇ ਨਾਲ ਵਿਆਹ ਔਰ ਆਪਣੇ ਸਪਾਊਸ ਦੇ ਨਾਲ ਆਸਟ੍ਰੇਲੀਆ ਨਹੀਂ ਜਾ ਸਕਦਾ। ਅੱਜ ਵੀ ਹੈ ਜੀ ਮੈਂ ਬੈਚਲਰ ਆਫ ਆਰਟਸ ਕੀਤੀ ਹੋਈ ਹੈ, ਮੇਰੇ 6 ਬੈਂਡ ਹੈ ਅਤੇ ਸ਼ਾਇਦ ਮੇਰਾ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੱਗ ਸਕਦਾ, ਕਿਉਂਕਿ ਇਸ ਵੇਲੇ ਟੋਟਲ ਜੇਕਰ ਮੈਂ ਮਾਰਕੀਟ ਦੀ ਗੱਲ ਕਰਨਾ, ਏਜੰਟ ਦੀ ਗੱਲ ਕਰਨਾ, ਕੋਈ ਵੀ ਬੰਦਾ ਆਸਟ੍ਰੇਲੀਆ ਬਾਰੇ ਗੱਲ ਵੀ ਨਹੀਂ ਕਰ ਰਿਹਾ, ਹਰ ਕੋਈ ਬੰਦਾ ਕੈਨੇਡਾ ਵਾਲੇ ਬੰਨੇ ਤੁਰਿਆ ਹੈ ਕਿ ਵੀ ਉਹ ਬੱਚੇ ਪਰੇਸ਼ਾਨ ਨੇ ਕਿ ਜਿਹੜੇ ਆਸਟ੍ਰੇਲੀਆ ਦੇ ਆਪਣੇ ਕੇਸਿਸ ਲਗਵਾਉਣਾ ਚਾਹੁੰਦੇ ਨੇ, ਜਿਨ੍ਹਾਂ ਨੇ ਨਰਸਿੰਗ ਕੀਤੀ ਹੈ, ਟੀਚਿੰਗ ਕੀਤੀ ਹੈ, ਬੈਚਲਰਸ ਕੀਤੀ ਹੋਈ ਹੈ, ਐਂਡ ਆਪਣੇ ਸਪਾਊਸਿਸ ਦੇ ਨਾਲ ਜਾਣਾ ਚਾਹੁੰਦੇ ਨੇ, ਜਾਂ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਕਿਸਮਤ ਨੇ ਸਾਥ ਨਹੀਂ ਦਿੱਤਾ, ਕੈਨੇਡਾ ਦਾ ਵੀਜ਼ਾ ਨਹੀਂ ਲੱਗ ਪਾਇਆ, ਐਂਡ ਆਸਟ੍ਰੇਲੀਆ 'ਚ ਆਪਣਾ ਜਿਹੜਾ ਹੈਗਾ ਵਾ ਵੀਜ਼ਾ ਲਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਇਸ ਵੇਲੇ ਕਿਤੇ ਵੀ ਰਾਈਟ ਕੰਸਲਟੈਂਸੀ ਨਹੀਂ ਮਿਲ ਪਾ ਰਹੀ। ਸੋ ਇਹ ਕਾਫੀ ਜ਼ਿਆਦਾ ਸਾਡੇ ਪੇਜ ਦੇ ਉੱਤੇ ਵੀ ਮੈਸੇਜ ਆ ਗਏ ਕਿ ਜੀ ਆਸਟ੍ਰੇਲੀਆ ਬਾਰੇ ਸਾਨੂੰ ਨਹੀਂ ਸਮਝ ਆ ਰਹੀ ਕਿ ਵੀ ਤੁਹਾਡੀ ਅਵੇਲੇਬਿਲਿਟੀ ਨਹੀਂ ਹੋ ਪਾ ਰਹੀ, ਹੋਰ ਸਾਨੂੰ ਕਿਸੇ ਕੋਲੋਂ ਕੁਛ ਫੀਡਬੈਕ ਨਹੀਂ ਮਿਲ ਰਿਹਾ। ਸੋ ਸਾਰਿਆਂ ਵਾਸਤੇ ਇਹ ਜਿਹੜਾ ਹੈਗਾ ਵਾ ਕਿ ਇੱਕ ਅਪੋਰਚੁਨਿਟੀ ਹੈ ਕਿ ਵੀ ਮੰਡੇ ਨੂੰ ਮੈਨੂੰ ਆ ਕਰਕੇ ਮਿਲ ਸਕਦੇ, ਜਿਹੜੇ ਸਟੂਡੈਂਟਸ ਆਪਣਾ ਆਸਟ੍ਰੇਲੀਆ ਦਾ ਆਪਣਾ ਕੇਸ ਦਰਜ ਕਰਾਉਣਾ ਚਾਹੁੰਦੇ ਨੇ। ਅੱਜ ਵੀ ਨਵੰਬਰ ਇਨਟੇਕ ਵਾਸਤੇ ਅਸੀਂ ਐਪਲੀਕੇਸ਼ਨਸ ਲੈ ਰਹੇ ਹਾਂ, ਤੁਸੀਂ 10-12ਵੀਂ ਪਾਸ ਹੋ, ਆਇਲਸ ਵਿੱਚ ਤੁਹਾਡੇ 6 ਬੈਂਡ ਹੈ, ਤੁਸੀਂ ਵਿਆਹੇ ਜੇ ਤੁਸੀਂ ਆਪਣੇ ਸਪਾਊਸ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਜਾ ਸਕਦੇ ਹੋ, ਅੱਜ ਵੀ ਜਾ ਸਕਦੇ ਹੋ। ਆਸਟ੍ਰੇਲੀਆ ਦਾ ਮੈਂ ਥੋੜ੍ਹੀ ਜਿਹੀ ਚੀਜ਼ ਦੱਸਣਾ ਚਾਹੁੰਦਾ ਕਿ ਵੀ ਪਿੱਛੇ ਕਾਫੀ 2-3 ਮਹੀਨੇ ਹੁਣ ਤਾਂ ਹੋ ਗਏ, ਇਹ ਉਹ ਆ ਗਿਆ ਸੀ ਜੀ ਕਿ ਜਿਹੜੇ ਬੰਦੇ ਆਸਟ੍ਰੇਲੀਆ ਜਾ ਰਹੇ ਉਹ ਸ਼ਾਇਦ ਪੱਕੇ ਨਹੀਂ ਹੋ ਰਹੇ, ਐਂਡ ਉਹ ਪੱਕੇ ਅੱਜ ਵੀ ਹੋ ਰਹੇ ਆ, ਬਟ ਚੱਕਰ ਇਹ ਹੈ ਕਿ ਵੀ ਆਇਲਸ ਜ਼ਰੂਰ ਕਰਨੀ ਪਏਗੀ, ਆਇਲਸ ਤੋਂ ਬਿਨਾਂ ਕੋਈ ਵੀ ਗੱਲ ਨਹੀਂ ਹੋਣੀ, ਕਿਉਂਕਿ ਜਿਹੜਾ ਆਇਲਸ ਤੁਸੀਂ ਇੱਥੇ 6 ਬੈਂਡ ਦਾ ਕਰਕੇ ਜਾਣਾ ਨਾ, 2 ਸਾਲਾਂ ਬਾਅਦ ਉੱਥੇ ਜਾ ਕੇ ਐਕਸਪਾਇਰ ਹੋ ਜਾਣਾ ਹੈਗਾ, ਤੁਹਾਡੇ 60 ਪੁਆਇੰਟ ਬੰਦੇ ਆ, ਤੁਸੀਂ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਹੋ। ਬਟ ਐਪਲੀਕੇਸ਼ਨ ਦਾ ਜਿੱਦਾਂ ਅੱਜ ਇੱਥੇ ਕੈਨੇਡਾ ਦਾ ਰਸ਼ ਪਿਆ, ਉੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਪੁਰਾਣੇ ਸਟੂਡੈਂਟ ਗਏ 2012 ਤੋਂ ਆਨਵਰਡਸ, ਉਹਨਾਂ ਦੀ ਅੱਜ ਪੱਕੇ ਹੋਣ ਦੀ ਤਦਾਦ 'ਤੇ ਨੇ, ਜਦੋਂ ਉਹਨਾਂ ਦੀ ਐਪਲੀਕੇਸ਼ਨ ਦਾ ਉੱਥੇ ਵੀ ਰਸ਼ ਪਿਆ, ਸੋ ਉੱਥੇ ਵੀ ਕਿਊ ਹੈ। ਹੁਣ ਉਹ ਦੇਖਦੇ ਆ ਕਿ ਜਿਹੜੇ ਬੰਦੇ ਦਾ 70 ਪੁਆਇੰਟ ਹੈ ਉਹਦੀ ਫਾਈਲ ਪਹਿਲੇ ਚੁੱਕੀ ਜਾਂਦੀ ਹੈ, ਜਿਹੜੇ 65 ਪੁਆਇੰਟ ਹੈ ਉਹਦੀ ਫਾਈਲ ਬਾਅਦ 'ਚ ਚੁੱਕੀ ਜਾਂਦੀ ਹੈ, ਜਿਹੜੇ 60 ਉਹਦੀ ਬਿਲਕੁਲ ਬੇਸਿਕ ਦੇ ਉੱਤੇ ਚੁੱਕੀ ਜਾਂਦੀ ਹੈ। ਸੋ ਇਸ ਕਰਕੇ ਉੱਥੇ ਸਟੂਡੈਂਟ ਕੋਸ਼ਿਸ਼ ਕਰਦੇ ਨੇ ਕਿ ਵੀ 60 ਪੁਆਇੰਟ ਦੀ ਬਦਲੇ 65 ਦੇ ਨਾਲ, 70 ਦੇ ਨਾਲ, 75 ਦੇ ਨਾਲ ਆਪਣੀ ਫਾਈਲ ਦਰਜ ਕੀਤੀ ਜਾਵੇ, ਤਾਂ ਜੋ ਵੇਟਿੰਗ ਟਾਈਮ ਉਹਨਾਂ ਦਾ ਘੱਟ ਸਕੇ, ਐਂਡ ਟਾਈਮ ਸਿਰ ਜਿਹੜਾ ਹੈਗਾ ਵੈ ਉਹ ਅਪਲਾਈ ਹੋ ਸਕੇ। ਸਕਾਲਰਸ਼ਿਪਸ ਬਾਰੇ ਅਸੀਂ ਆਸਟ੍ਰੇਲੀਆ 'ਚ ਗੱਲ ਕਰ ਲਈਏ ਤਾਂ ਨਵੰਬਰ ਦੇ ਵਿੱਚ ਵੀ ਤੁਸੀਂ ਅਪਲਾਈ ਕਰਦੇ ਹੋ, ਕਾਫੀ ਸਕਾਲਰਸ਼ਿਪਸ ਹਜੇ ਵੀ ਅਵੇਲੇਬਲ ਹੈਗੀਆਂ, ਆਪਣੀਆਂ ਸਕਾਲਰਸ਼ਿਪਸ ਵੀ ਅਵੇਲ ਕਰ ਸਕਦੇ ਹੋ। ਮਿਨੀਮਮ ਰਿਕੁਆਇਰਮੈਂਟ ਮੈਂ ਆਸਟ੍ਰੇਲੀਆ ਦੀ ਦੱਸ ਦਿੰਦਾ, ਜਿਹੜੇ ਸਟੂਡੈਂਟਸ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਨੇ, 12ਵੀਂ ਕੁਆਲੀਫਿਕੇਸ਼ਨ ਮਿਨੀਮਮ ਚਾਹੀਦੀ ਹੈਗੀ ਹੈ, ਆਇਲਸ ਦੇ ਵਿੱਚ 6 ਬੈਂਡ ਚਾਹੀਦੇ ਹੀ ਚਾਹੀਦੇ, ਤੁਹਾਡੇ ਇੱਕ ਅੱਧੇ 'ਚੋਂ 5 ਬੈਂਡ ਹੈ ਜਾਂ 5.5 ਈਚ ਹੈ, ਉਹਦਾ ਮੈਟਰ ਨਹੀਂ ਹੈ, ਤੁਹਾਡੇ ਬੈਕਲੋਗਸ ਹੈ, ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ।
ਤੁਸੀਂ ਬੀਏ ਕੀਤੀ ਹੈ, ਬੀਕੌਮ ਕੀਤੀ ਹੈ, ਬੀਐਸਸੀ ਕੀਤੀ ਹੈ, ਵਿਆਹੀ ਦੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ, ਆਇਲਸ ਦੀ ਮਿਨੀਮਮ ਰਿਕੁਆਇਰਮੈਂਟ 6 ਬੈਂਡ ਹੈ, ਸੋ ਤੁਸੀਂ ਅਪਲਾਈ ਨਾਲ ਕਰ ਸਕਦੇ ਜੇ ਆਸਟ੍ਰੇਲੀਆ ਵਾਸਤੇ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ। ਕੈਨੇਡਾ ਬਾਰੇ ਅਸੀਂ ਗੱਲ ਕਰ ਲੈਂਦੇ ਹਾਂ। ਕੈਨੇਡਾ ਜਨਵਰੀ ਇਨਟੇਕ ਦੇ ਦਾਖਲੇ ਖੁੱਲ ਚੁੱਕੇ ਹੋਏ ਨੇ ਐਂਡ ਜਨਵਰੀ ਇਨਟੇਕ ਦੀਆਂ ਸੀਟਸ ਜਿਹੜੀਆਂ ਹੈਗੀਆਂ ਉਹ ਭਰਨੀਆਂ ਸ਼ੁਰੂ ਹੋ ਚੁੱਕੀਆਂ। ਸਟੂਡੈਂਟ ਜਿਹੜੇ ਜਨਵਰੀ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਨੇ, ਉਹਦਾ ਮਤਲਬ ਇਹ ਨਹੀਂ ਕਿ ਜਨਵਰੀ ਲਈ ਤੁਹਾਨੂੰ ਨਵੰਬਰ ਜਾਂ ਦਸੰਬਰ 'ਚ ਵੇਟ ਕਰਨੀ ਪਏਗੀ। ਤੁਹਾਡਾ ਅੱਜ ਵੀ LOA ਆਉਂਦਾ, ਤੁਸੀਂ ਅਗਸਤ ਜਾਂ ਸਪਟੈਂਬਰ ਦੇ ਵਿੱਚ ਆਪਣੀ ਐਪਲੀਕੇਸ਼ਨ ਅੰਬੈਸੀ ਦਰਜ ਕਰ ਸਕਦੇ ਹੋ ਕਿ 8 ਹਫ਼ਤੇ ਛੱਡ ਕੇ ਫਿਰ ਭਾਵੇਂ 12 ਹਫ਼ਤੇ ਵੀ ਲੱਗ ਜਾਣ, ਵੀਜ਼ਾ ਤੁਹਾਡੇ ਕੋਈ ਦਿੱਕਤ ਨਹੀਂ ਆਏਗੀ, ਕੋਈ ਕਾਲ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਪਏਗੀ। ਸੋ ਜਿਹੜੇ ਵੀ ਸਟੂਡੈਂਟ ਜਨਵਰੀ ਵਾਸਤੇ ਕਰਨਾ ਚਾਹੁੰਦੇ ਨੇ, ਇਸ ਵੇਲੇ ਬਿਲਕੁਲ ਵਧੀਆ ਟਾਈਮ ਹੈਗਾ ਵਾ ਕਿ ਵੀ ਹਜੇ ਜਨਵਰੀ ਵਾਸਤੇ ਲੋਕ ਸੋਚ ਰਹੇ ਹੈ, ਔਰ ਜੇਕਰ ਤੁਸੀਂ ਆਪਣਾ ਕਰਕੇ ਵੀ ਨਿਕਲ ਦੋਗੇ ਤਾਂ ਆਫਕੋਰਸ ਤੁਹਾਨੂੰ ਪ੍ਰਾਇਰਿਟੀ ਮਿਲਣੀ ਮਿਲਣੀ ਹੀ ਹੈ। ਸੋ ਆਪਣੇ ਆਪ ਨੂੰ ਪ੍ਰਾਇਰਿਟੀ ਲਾਈਨ ਦੇ ਵਿੱਚ ਪਾਓ, ਰਾਦਰ ਦੈਨ ਕਿ ਜੀ ਲੇਟ ਕਮਰ ਕੀ ਜੀ, ਇਹ ਤਾਂ ਸਿਰਫ ਹੁਣ ਜਿਹੜਾ ਕਹਿ ਲਓ ਕਿ ਜੀ ਤਤਕਾਲ ਦੀਆਂ ਟਿਕਟਾਂ ਲੈ ਕੇ ਚੜੇ ਹੋਏ ਨੇ। ਸੋ ਸਪਟੈਂਬਰ ਦਾ ਇਨਟੇਕ ਦਾ ਇਸ ਵੇਲੇ ਕੈਨੇਡਾ ਹੀ ਕਰਨ ਦਾ ਹੁਣ ਕੋਈ ਵੀ ਫਾਇਦਾ ਨਹੀਂ ਹੈ, 1 ਮਹੀਨੇ ਤੋਂ ਉੱਤੇ ਹੋ ਚੁੱਕਾ ਹੋਇਆ ਵਾ ਡੈਡਲਾਈਨਸ ਨੂੰ ਨਿਕਲੇ ਹੋਏ। ਜਿਹੜੇ ਸਟੂਡੈਂਟਸ ਇਹ ਸੋਚਦੇ ਆ, ਕਿਉਂਕਿ ਆਮ ਤੌਰ 'ਤੇ ਪਿੰਡਾਂ ਦੀ ਸੋਚ ਹੁੰਦੀ ਹੈ ਕਿ ਜੀ ਮੇਰਾ ਜਨਵਰੀ ਇਨਟੇਕ, ਉਹ ਕੋਈ ਗੱਲ ਨਹੀਂ ਜੀ, ਜਨਵਰੀ 'ਚ ਬਹੁਤ ਟਾਈਮ ਪਿਆ, ਜਨਵਰੀ 'ਚ ਬਹੁਤ ਜ਼ਿਆਦਾ ਟਾਈਮ ਨਹੀਂ ਪਿਆ। ਜੇਕਰ ਅਸੀਂ ਯੂਨੀਵਰਸਿਟੀ ਦੀ ਗੱਲ ਕਰ ਲਈਏ ਜਾਂ ਕਾਲਜਾਂ ਦੀ ਗੱਲ ਕਰ ਲਈਏ, ਜਿਹੜਾ ਕੋਰਸ ਮੇਰੀ ਪ੍ਰੋਫਾਈਲ ਦੇ ਨਾਲ ਰਿਲੇਟਡ ਹੈ, ਮੈਨੂੰ ਉਹ ਕੋਰਸ ਜਿਹੜਾ ਚੂਜ਼ ਕਰਨਾ ਵਾ, ਉਹਦੀਆਂ ਸੀਟਾਂ ਦੀ ਡਿਮਾਂਡ ਮਤਲਬ ਬਹੁਤ ਜ਼ਿਆਦਾ ਜੇਕਰ ਹੈਗੀ ਹੈ, ਤਾਂ ਮਤਲਬ ਉਹ ਸੀਟਾਂ ਫਟਾਫਟ ਨਿਕਲ ਜਾਂਦੀਆਂ, ਅਤੇ ਇਕੱਲਾ ਉਹ ਪੰਜਾਬ ਜਾਂ ਇੰਡੀਆ ਨਹੀਂ, ਪੂਰੇ ਵਰਲਡ ਤੋਂ ਜਿਹੜਾ ਵਾ ਉਹਨਾਂ ਕੋਲ ਐਪਲੀਕੇਸ਼ਨ ਆਉਂਦੀਆਂ। ਕਾਫੀ ਕਾਲਜਸ ਦੀਆਂ ਡੈਡਲਾਈਨਸ ਜਿਹੜੀਆਂ ਆਗਸਟ 1st ਔਰ 2nd ਵੀਕ ਹੈ, ਮਤਲਬ ਮੈਂ ਹਜੇ ਉਹ ਕੋਰਸਿਸ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਨਹੀਂ ਲਊਂਗਾ, ਬਟ ਜਿਹੜੇ ਹੈਗੇ ਕਿ ਵੀ ਬਹੁਤ ਜ਼ਿਆਦਾ ਕਾਲਜਸ ਦੀਆਂ ਸੀਟਾਂ ਜੋ ਉਹਨਾਂ ਦਾ ਰਸ਼ ਹੈ ਜਾਂ ਜੋ ਉਹਨਾਂ ਦੀਆਂ ਐਕਸਪਰਟ ਦੀਆਂ ਸਾਡੇ ਕੋਲ ਉਹ ਮੇਲਸ ਕਹਿ ਲਓ ਜਾਂ ਐਡਵਾਈਜ਼ ਕਹਿ ਲਓ ਆਉਂਦੀਆਂ ਨੇ, ਅਤੇ ਉਹਨਾਂ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ 31 ਤਰੀਕ ਤੱਕ, 31 ਅਗਸਤ ਤੱਕ ਤੁਸੀਂ ਜਿੰਨਾ ਜਨਵਰੀ ਵਾਸਤੇ ਭਰਨਾ ਚਾਹੁੰਦੇ ਹੋ ਉਹ ਭਰ ਦਿਓ, ਉਹਦੇ ਬਾਅਦ 'ਚੋਂ ਤੁਹਾਨੂੰ ਚੰਗੇ ਕੋਰਸਾਂ 'ਚ ਸੀਟਾਂ ਨਹੀਂ ਮਿਲਣੀਆਂ। ਸੋ ਸੇਮ ਐਡਵਾਈਜ਼ ਮੈਂ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹਾਂਗਾ, ਜਿਹੜੇ ਬੰਦੇ ਜਨਵਰੀ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ, ਅੱਜ ਆਪਣੀ ਐਪਲੀਕੇਸ਼ਨ ਦਰਜ ਕਰੋ ਜਨਵਰੀ ਇਨਟੇਕ ਵਾਸਤੇ, ਤਾਂ ਜੋ ਰਹਿੰਦੇ ਟਾਈਮ 'ਤੇ, ਇਹ ਨਹੀਂ ਕਿ ਜਦੋਂ ਰਸ਼ ਪੈ ਗਿਆ ਵਾ ਨਵੰਬਰ ਦਸੰਬਰ ਦੇ ਵਿੱਚ ਉਦੋਂ ਅਸੀਂ ਆਪਣੀ ਫਾਈਲ ਲਈ, ਤੁਸੀਂ ਆਇਲਸ ਕਰ ਰਹੇ ਹੋ ਆਪਣੀ ਐਪਲੀਕੇਸ਼ਨ ਦਰਜ ਕਰ ਸਕਦੇ ਹੋ ਕਿ ਭਾਈ ਮੈਨੂੰ ਪਤਾ ਮੇਰੇ 6 ਬੈਂਡ ਆਉਣੇ, ਮੇਰਾ ਤੁਸੀਂ SPP 'ਚ ਅਪਲਾਈ ਕਰੋ, ਜਾਂ ਮੇਰੇ 5 ਸਾਢੇ 5 ਬੈਂਡ ਮੈਂ 2 ਵਾਰ ਟਰਾਈ ਕਰ ਚੁੱਕਾ, ਬਟ ਇੱਕ ਵਾਰ ਮੈਂ ਹੋਰ ਅਟੈਂਪ ਕਰ ਰਿਹਾ, ਬਟ ਬਾਏ ਦਾ ਟਾਈਮ ਤੁਸੀਂ ਮੇਰਾ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰੋ, ਕਿਉਂਕਿ ਯੂਨੀਵਰਸਿਟੀ ਦੀ ਐਡਮਿਸ਼ਨ ਆਉਂਦਿਆਂ ਵੀ 4 ਤੋਂ 8 ਹਫ਼ਤੇ ਲੱਗਦੀ ਹੈ। ਸੋ ਆਪਣਾ ਟਾਈਮ ਰਹਿੰਦਿਆਂ ਗੱਲ ਮੈਂ ਹਮੇਸ਼ਾ ਸਾਰਿਆਂ ਨੂੰ ਇਹ ਐਗਜ਼ਾਮਪਲ ਦਿੰਦਾ ਵਾਂ ਕਿ ਜੈਨੂਇਨ ਉਹ ਬੰਦਾ ਹੁੰਦਾ ਕਿ ਵੀ ਜਿਹਦੇ ਮੈਨੂੰ ਪਤਾ ਮੇਰੇ ਘਰ ਜੀ ਅੱਜ ਵਿਆਹ ਰੱਖਿਆ ਵਾ, ਅਤੇ ਮੈਂ ਉਹਦੀ ਪਲੈਨਿੰਗ ਕਰਾਂਗਾ, ਪਲੈਨਿੰਗ ਦੇ ਨਾਲ ਚੱਲਾਂਗਾ, ਰਾਦਰ ਦੈਨ ਮੇਰੇ ਘਰ ਦਿੱਲੀ ਵਿਆਹ ਰੱਖਿਆ ਹੋਇਆ ਵਾ ਅਤੇ ਮੈਂ ਤਿਆਰੀਆਂ ਕੋਈ ਨਹੀਂ ਕੀਤੀਆਂ, ਅਤੇ ਤਤਕਾਲ ਟਿਕਟ ਲੈ ਕੇ ਚੜ੍ਹਨੇ ਆ ਅਤੇ ਉਹ ਵੀ ਖੜ੍ਹੇ ਹੋ ਗਏ ਜਾਣਾ। ਸੋ ਇਸ ਕਰਕੇ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ, ਇਹਦੇ ਵਿੱਚ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰ ਲੈਂਦੇ ਹੋ, ਕੈਨੇਡਾ ਕਰ ਲੈਂਦੇ ਹੋ ਜਾਂ ਆਸਟ੍ਰੇਲੀਆ ਕਰ ਲੈਂਦੇ ਹੋ, 4-6 ਮਹੀਨੇ ਤੁਹਾਡੇ ਲੱਗਣੇ ਹੀ ਲੱਗਣੇ ਆ। 45 ਡੇਜ਼ ਦਾ ਪ੍ਰੋਸੈਸ ਹੁੰਦਾ ਵਾ ਕੈਨੇਡਾ ਦਾ, ਉਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਜਾਣੀ ਵੀ ਨਹੀਂ ਹੁੰਦੀ। ਸੋ ਸੋਮਵਾਰ ਨੂੰ ਜਿਹੜੇ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਗੇ ਨੇ ਆ ਕਰਕੇ ਮੈਨੂੰ ਮਿਲ ਸਕਦੇ ਨੇ, ਜਲੰਧਰ ਆਫਿਸ ਦੇ ਵਿੱਚ ਮੈਂ ਆਪ ਅਵੇਲੇਬਲ ਹੋਊਂਗਾ, ਮੇਰੇ ਨਾਲ ਰੋਹਿਤ ਵੀ ਹੋਣਗੇ। ਕੈਨੇਡਾ ਵਾਸਤੇ ਜਾਂ ਆਸਟ੍ਰੇਲੀਆ ਵਾਸਤੇ ਆਪਣੀ ਐਪਲੀਕੇਸ਼ਨ ਦੀ ਅਸੈਸਮੈਂਟ ਮੌਕੇ 'ਤੇ ਕਰਾ ਸਕਦੇ ਹੋ, ਮੌਕੇ 'ਤੇ ਆਪਣੇ ਕਾਗਜ਼ ਦੇਖ ਕੇ ਫੀਸ ਜਮ੍ਹਾਂ ਕਰਾ ਕੇ ਰਜਿਸਟ੍ਰੇਸ਼ਨ ਕਰਾ ਕਰਕੇ ਆਪਣੀ ਐਪਲੀਕੇਸ਼ਨ ਚਾਲੂ ਕਰਵਾ ਸਕਦੇ। ਸੋ ਹੋਰ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਤੁਸੀਂ ਕਰ ਸਕਦੇ ਹੋ, ਆ ਕਰਕੇ ਮਿਲ ਸਕਦੇ ਹੋ, ਕਿਸੇ ਵੀ ਅਪੁਆਇੰਟਮੈਂਟ ਦੀ ਜ਼ਰੂਰਤ ਨਹੀਂ ਹੈ। ਸੋ ਚੰਗਾ ਜੀ, ਅੱਜ ਲਈ ਦਿਓ ਮੈਨੂੰ ਇਜਾਜ਼ਤ, ਛੁੱਟੀ, ਥੈਂਕ ਯੂ ਵੈਰੀ ਮੱਚ, ਹੈਵ ਅ ਵੈਰੀ ਗ੍ਰੇਟ ਵੀਕਐਂਡ ਐਂਡ ਆਈਲ ਸੀ ਯੂ ਐਵਰੀਬਾਡੀ ਔਨ ਮੰਡੇ, ਬਾਏ, ਟੇਕ ਕੇਅਰ।